ਵਿਚਾਰਾਂ ਦੇ ਵਿੱਚ, ਬੰਧਨਾਂ ਦੇ ਵਿੱਚ ਵੱਜ ਜਾਂਦੇ ਆ। ਹੁਣ ਇਹ ਜਿਹੜਾ ਸੰਸਾਰ ਹੈ ਜਿੱਥੇ ਆਪਾਂ ਦਿਨ ਦੇ ਸਮੇਂ ਆਏ ਹਾਂ, ਇਹਨੂੰ ਕਾਲ ਦਾ ਦੇਸ਼ ਕਹਿੰਦੇ। ਇਹ ਵਿਚਾਰਾਂ ਦਾ ਦੇਸ਼, ਹੁਰਨਿਆਂ ਦਾ ਦੇਸ਼। ਇੱਥੇ ਆਪਣੇ ਸਾਰਿਆਂ ਦੇ ਜਿਹੜੇ ਰਿਸ਼ਤੇ ਨੇ ਇਹ ਵਿਚਾਰਾਂ ਦੇ, ਭਰਾ ਭਰਾ ਦਾ ਰਿਸ਼ਤਾ ਵਿਚਾਰਾਂ ਦਾ, ਪਿਓ ਪੁੱਤ ਦਾ, ਔਰਤ ਮਰਦ ਦਾ, ਸੰਗੀਆਂ ਸਾਥੀਆਂ ਦੇ ਰਿਸ਼ਤੇਦਾਰ, ਇਹ ਸਭ ਸਾਡੇ ਵਿਚਾਰਾਂ ਦੇ ਰਿਸ਼ਤੇ ਨੇ। ਜਿਹਦੇ ਨਾਲ ਤਾਂ ਸਾਡੇ ਵਿਚਾਰ ਮਿਲਦੇ ਨੇ ਉਹਦੇ ਨਾਲ ਅਸੀਂ ਪਿਆਰ ਪਾ ਲੈਂਦੇ ਹਾਂ, ਜਿਹਦੇ ਨਾਲ ਸਾਡੇ ਵਿਚਾਰਾਂ ਦਾ ਟਕਰਾਅ ਹੋ ਜਾਂਦਾ, ਸਾਡੇ ਵਿਚਾਰ ਨਹੀਂ ਮਿਲਦੇ, ਉਹਦੇ ਵਰਤਾਏ ਸਾਡੇ ਅੰਦਰ ਮਨ ਦੇ ਵੈਰ ਵਿਰੋਧ, ਈਰਖਾ ਅਤੇ ਨਫ਼ਰਤ ਪੈਦਾ ਹੋ ਜਾਂਦੀ। ਹੁਣ ਜਿਹਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ, ਇੱਕ ਘਰ ਦੇ ਵਿੱਚ ਇਕੱਠੇ ਰਹਿੰਦੇ ਹੋਈ ਅਸੀਂ ਦੂਰ ਹੋ ਜਾਂਦੇ ਹਾਂ, ਜਿਹਦੇ ਨਾਲ ਵਿਚਾਰ ਨਹੀਂ ਮਿਲਦੇ, ਮਨ ਕਰਕੇ ਅਸੀਂ ਦੂਰ ਹੋ ਗਏ। ਹੁਣ ਆਪਾਂ ਨੂੰ ਸੱਜੇ ਪਾਤਸ਼ਾਹ ਫਿਰ ਸਮਝਾਉਂਦੇ ਵੀ ਇਹ ਜਦੋਂ ਸਾਡੇ ਮਨਾਂ ਦੇ ਵਿੱਚ ਫਿਰ ਕਲੇਸ਼ ਆਉਂਦਾ, ਕਲੇਸ਼ ਕਿਉਂ ਆਉਂਦਾ ਹੈ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਹੈ ਸਾਡਾ ਵਿਚਾਰਾਂ ਦਾ ਟਕਰਾਅ, ਇੱਕ ਦੂਸਰੇ ਨਾਲ ਸਾਡੇ ਵਿਚਾਰਾਂ ਦਾ ਨਾ ਮਿਲਣਾ। ਕਿਸੇ ਨਾਲ ਵੀ ਜਦੋਂ ਅਸੀਂ ਵਿਚਾਰਾਂ ਦਾ ਟਕਰਾਅ ਕਰਾਂਗੇ, ਸਾਡੇ ਮਨ ਦੇ ਵਿੱਚ ਵੈਰ ਵਿਰੋਧ ਆਏਗਾ, ਸਾਡਾ ਮਨ ਹੈ ਜਿਹੜਾ ਸਥਿਰ ਨਹੀਂ ਰਹੇਗਾ। ਹੁਣ ਇਹ ਵਿਚਾਰਾਂ ਦਾ ਟਕਰਾਅ ਸਾਡਾ ਕਰਾਉਂਦਾ ਕੌਣ ਹੈ? ਉਹ ਸਾਡੇ ਅੰਦਰ ਬੈਠੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਸਾਨੂੰ ਅੰਦਰ ਬੈਠੇ ਹੀ ਸਾਡਾ ਵਿਚਾਰਾਂ ਦਾ ਟਕਰਾਅ ਕਰਾਈ ਜਾਂਦੇ, ਸਾਨੂੰ ਧੜਿਆਂ 'ਚ ਵੰਡੀ ਜਾਂਦੇ ਨੇ, ਸਾਡੇ ਅੰਦਰ ਇੱਕ ਦੂਸਰੇ ਵਰਤਾਏ ਵੈਰ ਵਿਰੋਧ ਸ਼ੰਕੇ ਪੈਦਾ ਕੀਤੀ ਜਾਂਦੇ ਨੇ। ਸੋ ਆਪਾਂ ਨੂੰ ਫਿਰ ਮਹਾਰਾਜ ਦੱਸਦੇ ਵੀ ਇੱਧਰ ਜਦੋਂ ਜੀਵ ਸਤ ਸੰਗਤ ਨਹੀਂ ਕਰਦਾ, ਇਹ ਖੇਲ ਨੂੰ ਨਹੀਂ ਸਮਝਦਾ, ਫਿਰ ਉਹਦੇ ਮਨ 'ਚ ਕਲੇਸ਼, ਪਰਿਵਾਰ 'ਚ ਕਲੇਸ਼ ਅਤੇ ਅੱਗੇ ਸਮਾਜ ਦੇ ਵਿੱਚ ਕਲੇਸ਼ ਹੈ ਜਿਹੜਾ ਵੱਧਦਾ ਜਾਂਦਾ ਹੈ। ਹੁਣ ਇਹ ਕਿਉਂ ਸਾਡਾ ਕਲੇਸ਼ ਵੱਧਦਾ ਹੈ? ਕਿਉਂਕਿ ਇੱਧਰ ਖੇਲ ਚੱਲਦਾ ਪਾਉਣ ਦਾ, ਅਸੀਂ ਪਾਉਣ ਦਾ ਖੇਲ ਨਹੀਂ ਸਮਝਦੇ। ਜਿਉਂ ਹੀ ਆਪਣਾ ਮਨ ਸਵੇਰ ਨੂੰ ਆ ਕੇ ਇੱਧਰ ਪਾਉਣ ਦੇ ਵਿੱਚ ਮਿਲਦਾ ਹੈ, ਪਾਉਣ ਕਹਿੰਦੇ ਨੇ ਜਿਹੜੇ ਆਪਾਂ ਨੂੰ ਸਵਾਸ ਆਉਂਦੇ ਨੇ। ਹੁਣ ਇਹਨਾਂ ਪੰਜਾਂ ਨੇ ਕੀ ਕਰਨਾ ਹੁੰਦਾ? ਇਹਨਾਂ ਨੇ ਸਾਡਾ ਇਹ ਪਾਉਣ ਦਾ ਸੰਤੁਲਨ ਵਿਗਾੜ ਦਿੰਦੇ ਨੇ। ਇਹ ਆਪਾਂ ਨੂੰ ਨੱਕ ਰਾਹੀਂ ਦੋ ਸੁਰਾਂ 'ਚ ਹੀ ਪਾਉਣ ਆਉਂਦੀ ਹੈ, ਅਤੇ ਇੱਕ ਪਾਸੇ ਘੱਟ ਕਰ ਦਿੰਦੇ, ਇੱਕ ਪਾਸੇ ਜ਼ਿਆਦਾ ਕਰ ਦਿੰਦੇ। ਹੁਣ ਜੇ ਪਾਉਣ ਦਾ ਵਹਾਅ ਸੱਜੇ ਪਾਸੇ ਜ਼ਿਆਦਾ ਚੱਲ ਪਿਆ, ਇਹ ਜਿਹੜਾ ਸੱਜਾ ਆਪਣਾ ਨੇਤਰ ਹੈ ਇਹਨੂੰ ਸੂਰਜ ਕਹਿੰਦੇ ਨੇ, ਇੱਧਰ ਗਰਮੈਸ਼ ਬਹੁਤ ਜ਼ਿਆਦਾ ਹੈ। ਜੇ ਇੱਕ ਜੀਵ ਦਾ ਮਨ ਸੱਜੇ ਪਾਸੇ ਚੱਲਿਆ ਗਿਆ ਪਾਉਣ 'ਚ ਮਿਲ ਕੇ, ਤਾਂ ਉਹ ਤਮੋ ਗੁਣੀ ਹੋ ਜਾਏਗਾ। ਤਮੋ ਗੁਣ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਿੰਦਿਆ ਚੁਗਲੀ, ਈਰਖਾ, ਵੈਰ ਵਿਰੋਧ, ਨਫ਼ਰਤ, ਉਹਦੇ ਅੰਦਰ ਇਹ ਵਿਚਾਰ ਹਾਵੀ ਹੋ ਜਾਣਗੇ। ਇੱਕ ਪਰਿਵਾਰ ਦੇ ਮੈਂਬਰ ਦਾ ਮਨ ਖੱਬੇ ਪਾਸੇ ਚੱਲਿਆ ਗਿਆ, ਇਹਨਾਂ ਨੇ ਪਾਉਣ ਦਾ ਵਹਾਅ ਖੱਬੇ ਪਾਸੇ ਕਰ ਦਿੱਤਾ। ਇਹ ਜਿਹੜਾ ਖੱਬਾ ਨੇਤਰ ਹੈ ਇਸਨੂੰ ਚੰਦਰਮਾ ਕਹਿੰਦੇ ਗੁਰਬਾਣੀ 'ਚ, ਇੱਧਰ ਰਜੋਗੁਣ ਹੈ, ਉਹ ਰਜੋਗੁਣੀ ਹੋ ਜਾਏਗਾ। ਅਤੇ ਰਜੋਗੁਣ ਦੇ ਵਿੱਚ ਜਿਹੜੇ ਗੁਣ ਨੇ ਉਹਦੇ ਅੰਦਰ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਸੰਸੇ ਫਿਕਰ, ਚਿੰਤਾਵਾਂ, ਇਹ ਵਿਚਾਰ ਚੱਲ ਪੈਣਗੇ।
ਹੁਣ ਇੱਕ ਪਰਿਵਾਰ ਦੇ ਮੈਂਬਰ ਦਾ ਮਨ ਖੱਬੇ ਪਾਸੇ ਚਲਿਆ ਗਿਆ, ਦੂਜੇ ਦਾ ਸੱਜੇ ਪਾਸੇ ਚਲਿਆ ਗਿਆ, ਇਹਨਾਂ ਦਾ ਵਿਚਾਰਾਂ ਦਾ ਟਕਰਾਅ ਹੋ ਜਾਏਗਾ ਉਸ ਵਿੱਚ। ਇੱਕ ਪਰਿਵਾਰ ਦਾ ਮੈਂਬਰ ਆਖੇਗਾ ਵੀ ਆਪਾਂ ਆਹ ਕੰਮ ਕਰੀਏ, ਦੂਜਾ ਮੰਨੇਗਾ ਨਹੀਂ, ਉਹਨੇ ਕਹਿਣਾ ਵੀ ਇਹ ਨਹੀਂ ਕਰਨਾ। ਜੋ ਦੂਸਰਾ ਆਖੇਗਾ ਵੀ ਆਹ ਕਰੀਏ, ਉਹ ਪਹਿਲਾਂ ਨਹੀਂ ਮੰਨੇਗਾ ਵੀ ਇਹ ਨਹੀਂ ਕਰਨਾ। ਉਹ ਕੀ ਹੋਏਗਾ ਵੀ ਸਾਡੇ ਵਿਚਾਰਾਂ ਦਾ ਟਕਰਾਅ ਹੋ ਜਾਏਗਾ। ਜਦੋਂ ਵਿਚਾਰਾਂ ਦਾ ਟਕਰਾਅ ਹੋਏਗਾ, ਸਾਡੇ ਵਿਚਾਰ ਆਪਸ ਵਿੱਚ ਟਕਰਾਉਣਗੇ, ਨਹੀਂ ਮਿਲਣਗੇ, ਉਹਦੇ ਨਾਲ ਸਾਡੇ ਮਨ 'ਚ ਕਲੇਸ਼ ਪੈਦਾ ਹੁੰਦਾ ਹੈ ਫਿਰ ਵੀ ਮੇਰੀ ਘਰ ਦੇ ਵਿੱਚ ਕੋਈ ਇੱਜ਼ਤ ਨਹੀਂ, ਮੇਰਾ ਕੋਈ ਕਹਿਣਾ ਨਹੀਂ ਮੰਨਦਾ, ਦੂਜੇ ਨੂੰ ਲੱਗਦਾ ਵੀ ਮੇਰਾ ਨਹੀਂ ਮੰਨਦਾ। ਸੋ ਮਹਾਰਾਜ ਫਿਰ ਕਹਿੰਦੇ ਵੀ ਜੇ ਅਸੀਂ ਇਹ ਪਾਉਣ ਦਾ ਸੰਤੁਲਨ ਠੀਕ ਕਰ ਲਈਏ, ਉਹ ਤਾਂ ਹੋਏਗਾ ਜਦੋਂ ਅਸੀਂ ਸਿਮਰਨ ਕਰਾਂਗੇ। ਜਦੋਂ ਆਪਾਂ ਇਕੱਠੇ ਬਹਿ ਕੇ ਸਿਮਰਨ ਕਰਦੇ ਹਾਂ, ਸਾਡੀ ਇਹ ਪੌਣ ਸਮ ਹੋ ਜਾਂਦੀ ਇੱਕੋ ਜਿਹੀ ਬਰਾਬਰ।